ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਵੀਰਾਂ ਨੂੰ। ਸੋ ਸਵਾਗਤ ਆ ਜੀ ਭੰਡਾਰੀ ਕਾਰ ਬਾਜ਼ਾਰ ਵਿੱਚ ਜੀ। ਸੋ ਭੰਡਾਰੀ ਕਾਰ ਬਾਜ਼ਾਰ ਅੱਜ ਤੁਹਾਡੇ ਲਈ ਲੈ ਕੇ ਆ ਗਿਆ ਜੀ ਬਲੈਰੋ। ਬਲੈਰੋ ਦਾ ਸਟੋਕ ਦਿਖਾਵਾਂਗੇ, ਮਤਲਬ ਹੋਰ ਵੀ ਮਿਕਸ ਕਾਰਾਂ ਤੁਹਾਨੂੰ ਦਿਖਾਵਾਂਗੇ। ਬਲੈਰੋ ਦੀ ਜ਼ਿਆਦਾ ਡਿਮਾਂਡ ਆਉਂਦੀ ਸੀ ਮੇਰੇ ਵੀਰ ਭਰਾਵਾਂ ਦੀ ਕਿ ਤੁਹਾਡੇ ਤੋਂ ਬਲੈਰੋ ਕਿਹੜੇ ਕਿਹੜੇ ਮਾਡਲ ਦੀਆਂ ਖੜੀਆਂ ਆ, ਤਾਂ ਤੁਹਾਨੂੰ ਦਿਖਾਉਂਦੇ ਹਾਂ। ਵੀਡੀਓ ਨੂੰ ਦੇਖਣ ਤੋਂ ਪਹਿਲਾਂ ਕਰ ਦਿਓ ਲਾਈਕ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੀ। ਕਰਦੇ ਹਾਂ ਵੀਡੀਓ ਨੂੰ ਸਟਾਰਟ ਜੀ। ਲਓ ਜੀ ਭੰਡਾਰੀ ਕਾਰ ਬਾਜ਼ਾਰ ਭੋਪਰ, ਜੇ ਮੇਰੇ ਵੀਰ ਭਰਾ ਨੇ ਕੁਛ ਪੁੱਛਣਾ ਹੋਵੇ ਨੰਬਰ ਲਿਖਿਆ ਸਾਹਮਣੇ, ਪੁੱਛ ਸਕਦੇ ਹੋ ਜੀ। ਸੋ ਆਪਾਂ ਤੁਹਾਨੂੰ ਸਿੱਧਾ ਹੀ ਅੱਜ ਲੈ ਕੇ ਚੱਲਦੇ ਹਾਂ ਜੀ ਬਲੈਰੋ ਕਾਰਾਂ 'ਤੇ, ਬਾਕੀ ਵੀ ਤੁਹਾਨੂੰ ਦਿਖਾਵਾਂਗੇ ਕਿਹੜੇ ਕਿਹੜੇ ਮਾਡਲ ਦੀਆਂ ਖੜੀਆਂ ਆ ਆਪਣੇ ਕੋਲ ਜੀ। ਆਪਾਂ ਸਿੱਧਾ ਆ ਗਏ ਹਾਂ ਜੀ। ਲਓ ਜੀ ਮੇਰੇ ਵੀਰਿਓ, ਬਲੈਰੋ ਦੀ ਜ਼ਿਆਦਾ ਡਿਮਾਂਡ ਆਉਂਦੀ ਸੀ ਮੇਰੇ ਵੀਰ ਭਰਾਵਾਂ ਦੀ ਕਿ ਬਲੈਰੋ ਕਾਰ ਦਿਖਾ ਦਿਓ ਸਾਨੂੰ। ਲਓ ਜੀ ਤੁਹਾਡੇ ਸਾਹਮਣੇ ਆ ਗਈ ਆ ਮੇਰੇ ਵੀਰਿਓ, ਇਹ ਆ ਗਿਆ ਜੀ 24 ਮਾਡਲ ਡੀਜ਼ਲ ਵਿੱਚ ਜੀ। 1,142 ਕਿਲੋਮੀਟਰ ਗੱਡੀ ਚੱਲੀ ਹੈ ਜੀ। 11,30 ਇਹਦਾ ਰੇਟ ਲੱਗਾ ਹੋਇਆ ਤੁਹਾਡੇ ਸਾਹਮਣੇ ਆ ਜੀ। ਬਾਕੀ ਵਧੀਆ ਰੇਟ 'ਚ ਤੁਹਾਨੂੰ ਕਾਰ ਦੇ ਦਾਂਗੇ। ਟਾਇਰ ਦੇਖ ਸਕਦੇ ਹੋ ਜੀ, ਗੱਡੀ ਦੇ ਚੈੱਕ ਕਰ ਸਕਦੇ ਹੋ ਮੇਰੇ ਵੀਰ ਭਰਾ, ਵਧੀਆ ਟਾਇਰ ਲੱਗੇ ਆ ਜੀ। ਬਾਕੀ ਵਿੱਚੋਂ ਦੇਖ ਸਕਦੇ ਹੋ ਗੱਡੀ ਦੀ ਕੰਡੀਸ਼ਨ ਜੀ, ਮੈਟ ਮੂਟ ਲੱਗੇ ਹੋਏ ਆ ਜੀ। ਬਾਕੀ ਬ੍ਰੈਂਡ ਨਿਊ ਕਾਰ ਆ ਜੀ ਬਿਲਕੁਲ, ਵਿੱਚੋਂ ਕੰਡੀਸ਼ਨ ਦੇਖ ਸਕਦੇ ਹੋ ਜੀ। ਬਲੂਟੁੱਥ ਸਿਸਟਮ ਲੱਗਾ ਹੋਇਆ, ਸਪੀਕਰ ਸਪੂਕਰ ਸਾਰੇ ਲੱਗੇ ਹੋਏ ਆ ਜੀ ਸਾਈਡਾਂ 'ਤੇ, ਸੀਟਾਂ ਬਿਲਕੁਲ ਜੈਨੂਅਨ ਆ ਜੀ। ਲਓ ਜੀ ਕਰੋ ਮੇਰੇ ਵੀਰ ਭਰਾ ਚੈੱਕ, ਵੀਡੀਓ ਨੂੰ ਚਲਦੀ ਚਲਦੀ ਨੂੰ ਕਰ ਦਿਓ ਲਾਈਕ ਅਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਅਤੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਸਾਡੀਆਂ ਵੀਡੀਓ ਕਿੱਥੋਂ ਕਿੱਥੋਂ ਤੁਸੀਂ ਦੇਖ ਰਹੇ ਹੋ ਜੀ। ਲਓ ਜੀ ਬਾਕੀ ਪਿੱਛੋਂ ਬੈਕ ਲੁੱਕ ਦੇਖ ਸਕਦੇ ਹੋ ਜੀ। ਲਓ ਜੀ ਬਲੈਰੋ ਦੀ ਜ਼ਿਆਦਾ ਡਿਮਾਂਡ ਆ ਰਹੀ ਸੀਗੀ, ਬਾਕੀ ਟਾਇਰ ਤੁਹਾਡੇ ਸਾਹਮਣੇ ਹੀ ਆ ਜੀ। ਬਾਕੀ ਆਪਣੇ ਕੋਲ ਇੱਕ ਹੋਰ ਬਲੈਰੋ ਆ ਗਈ ਆ ਜੀ ਅਲਾਏ ਵੀਲਾਂ ਵਾਲੀ, ਬਾਕੀ ਲੁੱਕ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਮੇਰੇ ਵੀਰ ਭਰਾ, ਅਲਾਏ ਟਾਇਰ ਲੱਗੇ ਆ ਜੀ ਇਹਨੂੰ। ਬਾਕੀ ਨੰਬਰ ਦੇਖ ਸਕਦੇ ਹੋ ਜੀ PB08CT1408, ਨੰਬਰ ਵੀ ਸੋਹਣਾ ਲੱਗਾ ਹੋਇਆ ਜੀ। ਬਾਕੀ ਮਾਡਲ ਤੁਹਾਨੂੰ ਦੱਸ ਦਿੰਦੇ ਕਿਹੜਾ ਜੀ, ਇਹ ਆਪਣੇ ਕੋਲ ਆ ਗਿਆ ਜੀ ਬਲੈਰੋ 14 ਮਾਡਲ SLX ਡੀਜ਼ਲ ਕਾਰ ਆ ਜੀ। 73,000 ਗੱਡੀ ਚੱਲੀ ਹੋਈ ਹੈ ਜੀ, ਅਲਾਏ ਟਾਇਰ ਲੱਗੇ, ਸੀਟ ਕਵਰ ਲੱਗੇ, 5-10 ਇਹਦਾ ਰੇਟ ਲਗਾਇਆ ਵੀ ਤੁਹਾਨੂੰ ਆਪਾਂ ਵਧੀਆ ਰੇਟ 'ਤੇ ਦੇ ਦੇਵਾਂਗੇ ਜੀ। ਬਾਕੀ ਕੰਡੀਸ਼ਨ ਤੁਹਾਨੂੰ ਦਿਖਾ ਦਿੰਦਾ ਜੀ ਗੱਡੀ ਦੀ, ਕਰੋਮ ਕਰੂਮ ਲੱਗੀ ਆ ਚੀਜ਼ਾਂ 'ਤੇ ਦੇਖ ਸਕਦੇ ਹੋ ਜੀ, ਆ ਵੀ ਕਰੋਮ ਲੱਗੀ ਹੋਈ ਆ ਜੀ। ਬਾਕੀ ਵਿੱਚੋਂ ਕੰਡੀਸ਼ਨ ਦੇਖ ਸਕਦੇ ਹੋ ਜੀ ਗੱਡੀ ਦੀ ਤੁਹਾਡੇ ਸਾਹਮਣੇ ਆ, ਮੈਟ ਮੂਟ ਵਿੱਚ ਲੱਗੇ ਹੋਏ ਆ ਜੀ, ਸੀਟਾਂ ਵੀ ਬਿਲਕੁਲ ਓਕੇ ਆ ਜੀ। ਲਓ ਜੀ ਕਰੋ ਮੇਰੇ ਵੀਰ ਭਰਾ ਚੈੱਕ ਜੀ, ਵਿੱਚੋਂ ਵੀ ਬਿਲਕੁਲ ਸਾਫ਼ ਕਾਰ ਆ ਜੀ, ਜੈਨੂਅਨ ਕਾਰ ਆ। ਲਓ ਜੀ ਬੈਕ ਤੋਂ ਵੀ ਇੱਕ ਵਾਰੀ ਕਰ ਲਓ ਚੈੱਕ, ਪਿੱਛਿਓਂ ਵੀ ਦੇਖ ਸਕਦੇ ਹੋ ਜੀ, ਬਾਕੀ ਨੰਬਰ ਤੁਹਾਡੇ ਸਾਹਮਣੇ ਆ ਲੱਗਾ ਜੀ। ਲਓ ਜੀ ਕਰੋ ਬੈਕ ਤੋਂ ਵੀ ਚੈੱਕ। ਸੋ ਇਸ ਟਾਈਮ ਆਪਣੇ ਕੋਲ ਇਹ ਬਲੈਰੋ ਖੜੀਆਂ ਹੋਈਆਂ ਜੀ। ਸੋ ਇੱਕ ਆਪਣੇ ਕੋਲ ਆ ਵੀ ਆਈ ਹੈ ਜੀ, ਇਹ ਵੀ ਦੇਖ ਸਕਦੇ ਹੋ ਜੀ, ਇਹਦਾ ਹਾਲੇ ਰੇਟ ਰੂਟ ਲੱਗਣਾ ਹੈ ਜੀ, ਅਲਾਏ ਵੀਲ ਇਹਨੂੰ ਪਏ ਹੋਏ ਆ, ਚੈੱਕ ਕਰ ਲਓ ਇੱਕ ਵਾਰੀ ਮੇਰੇ ਵੀਰ ਭਰਾ। ਸੱਤ 10 17 ਮਾਡਲ ਬਲੈਰੋ,
ਹੁਣ ਚੱਲਦੇ ਹਾਂ ਜੀ ਅੱਗੇ, ਅੱਗੇ ਤੁਹਾਨੂੰ ਦਿਖਾ ਦਿੰਦੇ ਹਾਂ ਜੀ। ਲਓ ਜੀ ਫੋਰਚੂਨਰ ਆ ਗਈ ਅੱਗੇ, ਦੇ ਸਕਦੇ ਹੋ ਮੇਰੇ ਵੀਰ ਭਰਾ, ਮਾਰ ਲਓ ਨਿਗਾਹ ਇਹਦੇ ਵੱਲ ਵੀ। ਇਹ ਆ ਗਈ ਆ ਜੀ 19 ਮਾਡਲ ਡੀਜ਼ਲ 'ਚ, 46,000 ਗੱਡੀ ਚੱਲੀ ਹੋਈ ਹੈ ਜੀ, 35,65,000 ਇਹਦਾ ਰੇਟ ਲੱਗਾ ਜੀ, ਪੇਡ ਨੰਬਰ ਲੱਗਾ ਹੋਇਆ ਜੀ ਇਹਨੂੰ, PB19, 84-84 ਨੰਬਰ ਲੱਗਾ ਹੋਇਆ, 7D ਮੈਟ, ਡੋਰ ਵਾਈਜ਼ਰ ਕਰੋਮ ਲੱਗੀ ਹੋਈ ਹੈ ਜੀ। ਬਾਕੀ ਗੱਡੀ ਦੀ ਕੰਡੀਸ਼ਨ ਦੇਖ ਲਓ ਜੀ, ਇਹ ਤੁਹਾਨੂੰ ਆਟੋ 'ਚ ਕਾਰ ਮਿਲ ਜੂਗੀ ਜੀ, ਕਰੋਮ ਕਰੂਮ ਲੱਗੀ ਹੋਈ ਹੈ। ਬਾਕੀ ਸਾਹਮਣੇ ਤੁਹਾਡੇ ਟਾਇਰਾਂ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਜੀ। ਬਾਕੀ ਵਿੱਚੋਂ ਚੈੱਕ ਕਰ ਲਓ ਗੱਡੀ ਦਾ ਇੰਟੀਰੀਅਰ ਜੀ, ਪੁਸ਼ ਬਟਨ ਸਟਾਰਟ ਆ ਜਾਂਦੀ, ਆਟੋਮੈਟਿਕ 'ਚ ਸਕਰੀਨ ਲੱਗੀ ਹੈ ਜੀ, ਮੈਟਿੰਗ ਮੂਟਿੰਗ ਥੱਲੇ ਹੋਈ ਹੋਈ ਹੈ ਜੀ। ਲਓ ਜੀ ਮਾਰੋ ਨਿਗਾ ਮੇਰੇ ਵੀਰ ਭਰਾ, ਫੋਰਚੂਨਰ ਦੇ ਜਿਹੜੇ ਜ਼ਿਆਦਾ ਸ਼ੌਂਕ ਰੱਖਦੇ ਆ ਚਲਾਉਣ ਦਾ ਮੇਰੇ ਵੀਰ ਭਰਾ, ਸੋ ਆਪਣੇ ਕੋਲ ਫੋਰਚੂਨਰ ਵੀ ਖੜ੍ਹੀ ਹੈ ਜੀ। ਲਓ ਜੀ ਇੱਕ ਵਾਰੀ ਬੈਕ ਤੋਂ ਵੀ ਲੁੱਕ ਦੇਖ ਸਕਦੇ ਹੋ ਮੇਰੇ ਵੀਰ ਭਰਾ, ਅਤੇ ਤੁਹਾਨੂੰ ਸਾਈਡ ਲੁੱਕ ਵੀ ਦਿਖਾ ਦਿੰਦੇ ਹਾਂ ਗੱਡੀ ਦੀ ਜੀ। ਲਓ ਜੀ ਫੋਰਚੂਨਰ ਦਾ ਜ਼ਿਆਦਾ ਸ਼ੌਕੀਨ ਆ ਮੇਰੇ ਵੀਰ ਭਰਾ, ਫੋਰਚੂਨਰ ਵੀ ਖੜ੍ਹੀ ਹੈ ਜੀ। ਹੁਣ ਚੱਲਦੇ ਹਾਂ ਅਗਲੀ ਕਾਰ 'ਤੇ। ਲਓ ਜੀ ਅੱਗੇ ਆਪਣੇ ਕੋਲ ਆ ਗਈ ਆ ਕੀਆ, ਕੀਆ ਆ ਗਈ ਆ ਜੀ, ਨੰਬਰ ਦੇਖ ਸਕਦੇ ਹੋ PV06BC1927, ਨੰਬਰ ਸੋਹਣਾ ਲੱਗਾ। ਬਾਕੀ ਗੱਡੀ ਦੀ ਕੰਡੀਸ਼ਨ ਦੇਖ ਸਕਦੇ ਹੋ ਜੀ, ਇਹ ਆ ਗਿਆ ਜੀ ਆਪਣੇ ਕੋਲ 22 ਮਾਡਲ ਆ ਗਿਆ ਜੀ ਡੀਜ਼ਲ 'ਚ, ਲਗਜ਼ਰੀ ਪਲੱਸ 7, ਸੋ 19,622 ਕਿਲੋਮੀਟਰ ਗੱਡੀ ਚੱਲੀ ਹੈ ਜੀ, 22 ਮਾਡਲ ਆ, 18,50 ਇਹਦਾ ਰੇਟ ਲੱਗਾ ਜੀ, ਇਹ ਵੀ ਤੁਹਾਨੂੰ ਵਧੀਆ ਰੇਟ 'ਤੇ ਦੇ ਦਾਂਗੇ। ਡੋਰ ਵਾਈਜ਼ਰ ਕਰੋਮ ਲੱਗਾ ਹੋਇਆ ਜੀ, ਇੱਥੇ ਕਰੋਮ ਦੇਖ ਸਕਦੇ ਹੋ ਜੀ ਤੁਹਾਡੇ ਸਾਹਮਣੇ ਆ ਜੀ, ਬਾਕੀ ਡੋਰ ਵਾਈਜ਼ਰ ਦੇਖ ਸਕਦੇ ਹੋ ਜੀ। ਟਾਇਰਾਂ ਦੀ ਕੰਡੀਸ਼ਨ ਦੇਖ ਲਓ, ਨਿਗਾਹ ਮਾਰ ਲਓ ਮੇਰੇ ਵੀਰ ਭਰਾ, ਟਾਇਰਾਂ ਦੀ ਕੰਡੀਸ਼ਨ ਵੀ ਗੁੱਡ ਆ ਜੀ। ਬਾਕੀ ਤੁਹਾਨੂੰ ਵਿੱਚੋਂ ਦਿਖਾ ਦਿੰਦੇ ਹਾਂ, ਬਾਕੀ ਇਹ ਵੀ ਤੁਹਾਨੂੰ ਆਟੋਮੈਟਿਕ 'ਚ ਕਾਰ ਮਿਲ ਜੂਗੀ ਜੀ ਕੀਆ 'ਚ। ਬਾਕੀ ਮੈਟ ਮੂਟ ਲੱਗੇ ਆ ਜੀ, ਵੈਂਟੀਲੇਟਰ ਸੀਟਾਂ ਜਾਂਦੀਆਂ ਜੀ ਇਹਦੀਆਂ, ਬਾਕੀ ਤੁਹਾਡੇ ਸਾਹਮਣੇ ਆ ਜੀ, ਬਿਲਕੁਲ ਸਾਫ਼ ਕੰਡੀਸ਼ਨ 'ਚ ਕਾਰ ਹੈ ਜੀ, ਦੇਖ ਸਕਦੇ ਹੋ। ਬਾਕੀ ਵੱਡੀ ਗੱਲ ਸਨਰੂਫ ਆ ਜਾਂਦਾ ਜੀ ਇਹ 'ਚ, ਸਨਰੂਫ ਦੇਖ ਸਕਦੇ ਹੋ। ਬਾਕੀ ਪਿੱਛੋਂ ਦੇਖ ਸਕਦੇ ਹੋ ਕਾਰ ਜੀ, ਬਿਲਕੁਲ ਕਲੀਨ ਐਂਡ ਨੀਟ ਕਾਰ ਹੈ ਜੀ। ਲਓ ਜੀ ਬਾਕੀ ਬੈਕ ਤੋਂ ਇੱਕ ਵਾਰੀ ਦੇਖ ਸਕਦੇ ਹੋ ਲੁੱਕ ਕੀ ਆ ਦੀ ਜੀ, ਸੋ ਚੱਲਦੇ ਹਾਂ ਹੁਣ ਅਗਲੀ ਕਾਰ 'ਤੇ। ਲਓ ਜੀ ਕਰੋ ਚੈੱਕ ਮੇਰੇ ਵੀਰ ਭਰਾ, PB08DP0647, ਬਾਕੀ ਟਾਇਰ ਦੇਖ ਸਕਦੇ ਹੋ ਜੀ, ਬਾਕੀ ਰੇਟ ਲਿਸਟ ਤੁਹਾਨੂੰ ਦਿਖਾ ਦਾਂਗੇ ਜੀ ਫੋਰਚੂਨਰ ਦੀ। ਲਓ ਜੀ ਇਹ ਆਪਣੇ ਕੋਲ ਆ ਗਈ ਹੈ ਜੀ ਟੋਇਟਾ ਫੋਰਚੂਨਰ 4x2, 17 ਮਾਡਲ ਜੀ ਡੀਜ਼ਲ ਕਾਰ ਆ ਜੀ, 56,476 ਕਿਲੋਮੀਟਰ ਗੱਡੀ ਚੱਲੀ ਜੀ, 28,25,000 ਇਹਦਾ ਰੇਟ ਲੱਗਾ ਜੀ, ਬ੍ਰੈਂਡ ਨਿਊ ਟਾਇਰ ਪਏ ਆ, ਇਹ ਤੁਹਾਨੂੰ ਆਪਾਂ ਪਹਿਲਾਂ ਵੀ ਵੀਡੀਓ ਦਿਖਾਈ ਸੀਗੀ ਜੀ, ਸੋ ਆਪਣੇ ਕੋਲ ਇਸ ਟਾਈਮ ਵੀ ਅਵੇਲੇਬਲ ਆ ਜੀ। ਬਾਕੀ ਵਿੱਚੋਂ ਗੱਡੀ ਦੀ ਕੰਡੀਸ਼ਨ ਦੇਖ ਲੈਂਦੇ, ਕਰੋਮ ਕਰੂਮ ਲੱਗਾ ਹੋਇਆ ਜੀ ਦੇਖ ਸਕਦੇ ਹੋ। ਬਾਕੀ ਇਹ ਤੁਹਾਨੂੰ ਮੈਨੂਅਲ 'ਚ ਕਾਰ ਮਿਲ ਜੂਗੀ ਜੀ, ਪੁਸ਼ ਬਟਨ ਸਟਾਰਟ ਆ, ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਜੀ, ਸਕਰੀਨ ਸਕਰੂਮ ਸਭ ਕੁਛ ਲੱਗੀ ਹੋਈ ਹੈ ਜੀ ਵਿੱਚ। ਬਾਕੀ ਮੀਟਰ ਦੇਖ ਸਕਦੇ ਹੋ ਗੱਡੀ ਦਾ ਜੀ, ਬਾਕੀ ਬੈਕ ਤੋਂ ਕੰਡੀਸ਼ਨ ਦੇਖ ਸਕਦੇ ਹੋ ਗੱਡੀ ਦੀ, ਚੈੱਕ ਕਰ ਸਕਦੇ ਹੋ ਮੇਰੇ ਵੀਰ ਭਰਾ। ਬਾਕੀ ਬੈਕ ਲੁੱਕ ਤੋਂ ਚੈੱਕ ਕਰ ਲਓ ਜੀ ਫੋਰਚੂਨਰ, ਲਓ ਜੀ ਸਾਈਡ ਲੁੱਕ ਵੀ ਦੇਖ ਸਕਦੇ ਹੋ। ਅੱਗੇ ਆਪਣੇ ਕੋਲ ਆ ਗਈ ਹੈ ਜੀ ਕੀਆ ਸੈਲਟੋਸ,
ਇਹਨੂੰ ਵੀ ਉਲਾਈ ਟਾਇਰ ਲੱਗੇ ਹੋਏ ਆ ਜੀ ਤੁਹਾਡੇ ਸਾਹਮਣੇ ਆ, ਨਿਗਾਹ ਮਾਰ ਲਓ ਮੇਰੇ ਵੀਰ ਭਰਾ ਜੀ, ਬਾਕੀ ਨੰਬਰ ਤੁਹਾਡੇ ਸਾਹਮਣੇ ਆ, PB 99 00 24। ਬਾਕੀ ਇਹ ਤੁਹਾਨੂੰ ਦੱਸ ਦਿੰਦੇ ਕਿਹੜਾ ਮਾਡਲ ਆ ਜੀ। ਲਓ ਜੀ 21 ਮਾਡਲ ਆ ਗਿਆ ਜੀ, ਡੀਜ਼ਲ ਵਿੱਚ 57,000 ਗੱਡੀ ਚੱਲੀ ਹੋਈ ਹੈ ਜੀ, 14,70,000 ਇਹਦਾ ਰੇਟ ਲੱਗਾ। ਵਧੀਆ ਰੇਟ 'ਚ ਦੇ ਦਾਂਗੇ ਤੁਹਾਨੂੰ, ਅਲਾਏ ਵੀਲ, ਡੋਰ ਵਾਈਜ਼ਰ, ਟੱਚ ਪਲੇਅਰ, ਬੈਕ ਕੈਮਰਾ ਦੇ ਵਿੱਚ ਐਡ ਆ ਜੀ। ਬਾਕੀ ਅਲਾਏ ਟਾਇਰ ਮੇਰੇ ਵੀਰ ਭਰਾ ਦੇਖ ਸਕਦੇ ਹੋ, ਅਲਾਏ ਟਾਇਰਾਂ ਵੱਲ ਨਿਗਾਹ ਮਾਰ ਲਓ ਜੀ, ਘੈਂਟ ਅਲਾਏ ਟਾਇਰ ਲੱਗੇ ਆ। ਇਹ ਵੀ ਤੁਹਾਨੂੰ ਆਟੋਮੈਟਿਕ 'ਚ ਕਾਰ ਮਿਲ ਜੂਗੀ ਜੀ, ਕੰਡੀਸ਼ਨ ਤੁਹਾਨੂੰ ਵਿੱਚੋਂ ਦਿਖਾ ਦਾਂਗੇ ਗੱਡੀ ਦੀ ਜੀ। ਮੈਟ ਮੂਟ ਲੱਗੇ ਹੋਏ ਆ ਜੀ, ਸੀਟਾਂ ਵੀ ਬਿਲਕੁਲ ਓਕੇ ਆ ਜੀ। ਬਾਕੀ ਪੁਸ਼ ਬਟਨ ਸਟਾਰਟ ਆ ਜੀ ਆਟੋਮੈਟਿਕ 'ਚ, ਸਕਰੀਨ ਵਗੈਰਾ ਸਭ ਕੁਛ ਵਿੱਚ ਲੱਗਾ ਹੋਇਆ ਜੀ, ਬੈਕ ਕੈਮਰਾ ਲੱਗਾ ਹੋਇਆ ਜੀ। ਬਾਕੀ ਕੰਡੀਸ਼ਨ ਦੇਖ ਸਕਦੇ ਹੋ ਗੱਡੀ ਦੀ ਤੁਹਾਡੇ ਸਾਹਮਣੇ ਆ ਜੀ, ਬਿਲਕੁਲ ਨੀਟ ਐਂਡ ਕਲੀਨ ਕਾਰ ਆ ਜੀ। ਬਾਕੀ ਬੈਕ ਤੋਂ ਵੀ ਦੇਖ ਸਕਦੇ ਹੋ ਜੀ, ਮੈਟ ਮੂਡ ਸਭ ਕੁਛ ਲੱਗਾ ਹੋਇਆ ਜੀ ਵਿੱਚ। ਬਾਕੀ ਬੈਕ ਲੁੱਕ ਦੇਖ ਸਕਦੇ ਹੋ ਜੀ ਮੇਰੇ ਵੀਰ ਭਰਾ, ਬੈਕ ਲੁੱਕ ਵੀ ਕਰ ਲਓ ਚੈੱਕ ਜੀ। ਸੋ ਚੱਲਦੇ ਹਾਂ ਜੀ ਅਗਲੀ ਕਾਰ 'ਤੇ। ਲਓ ਜੀ ਕਰੋ ਕਾਰ ਦੀ ਲੁੱਕ ਚੈੱਕ ਜੀ। ਸੋ ਇਹ ਵੀ ਤੁਹਾਨੂੰ ਦਿਖਾ ਦਿੰਦੇ ਕਿਹੜਾ ਮਾਡਲ ਹੈ ਜੀ, ਬਾਕੀ ਟਾਇਰ ਦੇਖ ਸਕਦੇ ਹੋ ਜੀ। ਲਓ ਜੀ ਆਪਣੇ ਕੋਲ ਆ ਗਈ ਹੈ ਜੀ ਹੋਂਡਾ ਅਮੇਜ਼। ਸੋ ਇਹ ਹੈਗਾ ਜੀ 20 ਮਾਡਲ, ਡੀਜ਼ਲ ਕਾਰ ਆ ਜੀ, 8,60,000 ਰੇਟ ਲੱਗਾ ਹੋਇਆ, ਵੀ ਤੁਹਾਨੂੰ ਵਧੀਆ ਰੇਟ 'ਚ ਦੇ ਦਾਂਗੇ ਆਪਾਂ। ਬਾਕੀ ਕੰਡੀਸ਼ਨ ਗੱਡੀ ਦੀ ਦੇਖ ਸਕਦੇ ਹੋ ਜੀ ਤੁਹਾਡੇ ਸਾਹਮਣੇ ਆ, ਮੇਰੇ ਵੀਰ ਭਰਾ ਨਿਗਾਹ ਮਾਰ ਸਕਦੇ ਹੋ, ਵਿੱਚੋਂ ਵੀ ਦੇਖ ਲਓ ਜੀ, ਇਹ ਵੀ ਤੁਹਾਨੂੰ ਮੈਨੂਅਲ 'ਚ ਕਾਰ ਮਿਲ ਜੂਗੀ ਜੀ। ਬਾਕੀ ਬੈਕ ਤੋਂ ਦੇਖ ਸਕਦੇ ਹੋ ਜੀ, ਮੇਜ਼ ਨੰਬਰ ਤੁਹਾਡੇ ਸਾਹਮਣੇ ਲੱਗਾ ਹੋਇਆ ਜੀ। ਅੱਗੇ ਫਿਰ ਆਪਣੇ ਕੋਲ ਮੇਜ਼ ਆ ਗਈ ਹੈ ਜੀ ਹੋਂਡਾ ਸਿਟੀ ਵਾਲਿਆਂ ਦੀ, ਇਹਦਾ ਵੀ ਤੁਹਾਨੂੰ ਪ੍ਰਾਈਜ਼ ਦੱਸਦੇ ਹਾਂ ਜੀ। ਲਓ ਜੀ ਪਹਿਲਾਂ ਲੁੱਕ ਚੈੱਕ ਕਰ ਲਓ ਕਾਰ ਦੀ, ਨਿਗਾਹ ਮਾਰ ਲਓ ਮੇਰੇ ਵੀਰ ਭਰਾ, ਨੰਬਰ ਵੀ ਤੁਹਾਡੇ ਸਾਹਮਣੇ ਲੱਗਾ ਹੋਇਆ ਜੀ। ਸੋ ਇਹ ਆਪਣੇ ਕੋਲ ਆ ਗਈ ਹੈ ਜੀ 18 ਮਾਡਲ ਆ ਗਈ ਹੈ ਜੀ ਅਮੇਜ਼ ਡੀਜ਼ਲ ਵਿੱਚ, 39,000 ਗੱਡੀ ਚੱਲੀ ਹੋਈ ਹੈ ਜੀ, 7,95,000 ਇਹਦਾ ਰੇਟ ਹੈ, ਵੀ ਤੁਹਾਨੂੰ ਵਧੀਆ ਰੇਟ 'ਤੇ ਦੇ ਦੇਵਾਂਗੇ। ਬਾਕੀ ਵਿੱਚੋਂ ਕੰਡੀਸ਼ਨ ਗੱਡੀ ਦੀ ਦੇਖ ਸਕਦੇ ਹੋ ਜੀ, ਬਿਲਕੁਲ ਸਾਫ਼ ਨੀਟ ਐਂਡ ਕਲੀਨ ਕਾਰ ਆ ਜੀ, ਮੈਨੂਅਲ 'ਚ ਕਾਰ ਮਿਲ ਜੂਗੀ ਤੁਹਾਨੂੰ ਇਹ ਜੀ। ਬਾਕੀ ਬੈਕ ਤੋਂ ਲੁੱਕ ਦੇਖ ਸਕਦੇ ਹੋ ਕਾਰ ਦੀ ਜੀ, ਨਿਗਾਹ ਮਾਰ ਸਕਦੇ ਹੋ ਮੇਰੇ ਵੀਰ ਭਰਾ ਜੀ। ਅੱਗੇ ਆਪਣੇ ਕੋਲ ਆ ਗਈ ਹੈ ਜੀ ਐਸ ਕਰੋਸ, ਲਓ ਜੀ ਇਹ ਵੀ ਦੇਖ ਸਕਦੇ ਹੋ, ਤੁਹਾਨੂੰ ਫਰੰਟ ਤੋਂ ਦਿਖਾਉਂਦੇ ਹਾਂ ਜੀ। ਲਓ ਜੀ ਨੰਬਰ ਦੇਖ ਸਕਦੇ ਹੋ PB 27E 1554, ਨੰਬਰ ਸੋਹਣਾ ਲੱਗਾ ਜੀ ਗੱਡੀ ਨੂੰ। ਬਾਕੀ ਮਾਡਲ 18 ਮਾਡਲ ਆ ਗਏ ਆ ਜੀ ਐਸ ਕਰੋਸ ਸਮਾਰਟ ਹਾਈਬ੍ਰਿਡ ਜੇਟਾ, ਡੀਜ਼ਲ ਕਾਰ ਆ ਜੀ, 81,000 ਗੱਡੀ ਚੱਲੀ ਹੋਈ ਹੈ ਜੀ, 7,65,000 ਇਹਦਾ ਰੇਟ ਲੱਗਾ ਜੀ, ਇਹ ਵੀ ਤੁਹਾਨੂੰ ਵਧੀਆ ਰੇਟ 'ਚ ਦੇ ਦਾਂਗੇ। ਕੰਡੀਸ਼ਨ ਗੱਡੀ ਦੀ ਤੁਹਾਨੂੰ ਦਿਖਾ ਦਾਂਗੇ ਜੀ ਅੰਦਰੋਂ, ਇਹ ਵੀ ਤੁਹਾਨੂੰ ਮੈਨੂਅਲ 'ਚ ਕਾਰ ਮਿਲ ਜੂਗੀ ਜੀ, ਪੁਸ਼ ਬਟਨ ਸਟਾਰਟ ਆ, ਬਾਕੀ ਸੀਟਾਂ ਸੂਟਾਂ ਬਿਲਕੁਲ ਓਕੇ ਆ ਜੀ, ਮੈਟ ਮੂਟ ਲੱਗੇ ਹੋਏ ਆ ਜੀ ਵਿੱਚ, ਸਕਰੀਨ ਲੱਗੀ ਹੋਈ ਹੈ ਜੀ ਵਿੱਚ ਦੇਖ ਸਕਦੇ ਹੋ। ਬਾਕੀ ਬੈਕ ਤੋਂ ਦੇਖ ਸਕਦੇ ਹੋ ਲੁੱਕ ਜੀ ਗੱਡੀ ਦੀ, ਚਲਦੀ ਚਲਦੀ ਵੀਡੀਓ ਨੂੰ ਲਾਈਕ ਕਰਦਿਆ ਕਰੋ ਜੀ ਅਤੇ ਕਮੈਂਟ ਕਰਦਿਆ ਕਰੋ, ਦੱਸਿਆ ਕਰੋ ਕਿੱਥੋਂ ਕਿੱਥੋਂ ਵੀਡੀਓ ਤੁਸੀਂ ਦੇਖਦੇ ਹੁੰਦੇ ਜੀ। ਸੋ ਜਿਹੜੇ ਮੇਰੇ ਵੀਰ ਭਰਾ ਨੇ ਕਿਸੇ ਨੇ ਵੀ ਕਾਰ ਬਾਏ ਕਰਨੀ ਆ, ਸਕਰੀਨਸ਼ੋਟ ਲੈ ਲਿਆ ਕਰੋ ਕਾਰ ਦਾ ਅਤੇ ਪਹੁੰਚਿਆ ਕਰੋ ਸਾਡੇ ਕੋਲ, ਤੁਹਾਨੂੰ ਮਾਣ ਤਾਣ ਕਰਾਂਗੇ, ਦੱਸਿਆ ਕਰੋ ਵੀ ਤੁਹਾਡੀ ਵੀਡੀਓ ਦੇਖ ਕੇ ਆਏ ਹਾਂ।
ਜਿੰਨਾ ਆਪਣਾ ਬਣਦਾ ਠਣਦਾ ਹੋਇਆ ਤੁਹਾਨੂੰ ਕਰਾਂਗੇ ਜੀ। ਲਓ ਜੀ ਅੱਗੇ ਆਪਣੇ ਕੋਲ ਦੇਖ ਸਕਦੇ ਹੋ, ਮਾਰੋ ਮੇਰੇ ਵੀਰ ਭਰਾ ਨਿਗਾ ਜੀ। ਅੱਗੇ ਆਪਣੇ ਕੋਲ ਜੀ ਟੋਯੋਟਾ ਇਨੋਵਾ, ਇਨੋਵਾ ਦੀ ਵੀ ਬਹੁਤ ਡਿਮਾਂਡ ਆਉਂਦੀ ਸੀ ਜੀ। 15 ਮਾਡਲ ਆਪਣੇ ਕੋਲ ਖੜੀ ਹੈ ਜੀ ਡੀਜ਼ਲ ਵਿੱਚ, ਅਤੇ 76,000 ਗੱਡੀ ਚੱਲੀ ਹੈ ਜੀ, 8,85 ਇਹਦਾ ਰੇਟ ਲੱਗਾ ਵੀ, ਤੁਹਾਨੂੰ ਵਧੀਆ ਰੇਟ 'ਚ ਦੇਵਾਂਗੇ। ਇਨੋਵਾ ਦੀ ਆਪਣੇ ਕੋਲ ਜ਼ਿਆਦਾ ਡਿਮਾਂਡ ਆ ਰਹੀ ਸੀਗੀ, ਇਨੋਵਾ ਵੀ ਇਸ ਟਾਈਮ ਆਪਣੇ ਕੋਲ ਖੜੀ ਹੈ ਜੀ। ਮਾਰ ਲਓ ਨਿਗਾਹ, ਟਾਇਰ ਦੇਖ ਸਕਦੇ ਹੋ ਜੀ, ਘੈਂਟ ਟਾਇਰ ਲੱਗੇ ਆ ਜੀ, ਲਾਏ ਲੱਗੇ ਆ, ਬਾਕੀ ਕਰੋਮ ਕਰੂਮ ਲੱਗੀ ਹੋਈ ਹੈ ਜੀ। ਵਿੱਚੋਂ ਦੇਖ ਸਕਦੇ ਵੀ ਤੁਹਾਨੂੰ ਮੈਨੂਅਲ ਵਿੱਚ ਕਾਰ ਮਿਲ ਜੂਗੀ ਜੀ, ਸਕਰੀਨ ਵਿੱਚ ਲੱਗੀ ਹੋਈ ਹੈ ਜੀ, ਕੰਡੀਸ਼ਨ ਤੁਹਾਡੇ ਸਾਹਮਣੇ ਆ ਬਾਕੀ ਗੱਡੀ ਦੀ ਜੀ। ਨੀਟ ਐਂਡ ਕਲੀਨ ਕਾਰ ਆ ਜੀ ਬਿਲਕੁਲ। ਲਓ ਜੀ ਬਾਕੀ ਬੈਕ ਤੋਂ ਚੈੱਕ ਕਰ ਸਕਦੇ ਹੋ ਮੇਰੇ ਵੀਰ ਭਰਾ ਜੀ। ਅੱਗੇ ਆਪਣੇ ਕੋਲ ਫਿਰ ਆ ਗਈ ਹੈ ਇਨੋਵਾ ਜੀ, ਸੋ ਮਾਰੋ ਨਿਗਾ, ਇਨੋਵਾ ਦੀ ਵੀ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀ ਵੀ ਇਨੋਵਾ 'ਤੇ ਬਲੌਗ ਲੈ ਕੇ ਆਓ, ਸੋ ਆਪਾਂ ਇਨੋਵਾ 'ਤੇ ਬਲੌਗ ਲੈ ਕੇ ਆ ਗਏ ਹਾਂ ਜੀ। ਹੁਣ ਤੁਹਾਡਾ ਕੰਮ ਆ ਲਾਈਕ ਕਰਨਾ ਅਤੇ ਕਮੈਂਟ ਕਰਨਾ ਜੀ। ਬਾਕੀ ਇਹ ਵੀ ਤੁਹਾਨੂੰ ਦਿਖਾ ਦਿੰਦੇ, ਕਰੋਮ ਕਰੂਮ ਲੱਗੀ ਆ ਜੀ ਸਾਈਡਾਂ 'ਤੇ। ਇਹ ਆਪਣੇ ਕੋਲ ਆ ਗਈ ਹੈ ਜੀ ਟੋਯੋਟਾ ਇਨੋਵਾ 12 ਮਾਡਲ, ਡੀਜ਼ਲ ਕਾਰ ਆ ਜੀ, 10,000, 6,30,000 ਇਹਦਾ ਰੇਟ ਲੱਗਾ ਹੋਇਆ ਜੀ। ਬਾਕੀ ਵਿੱਚੋਂ ਗੱਡੀ ਦੀ ਕੰਡੀਸ਼ਨ ਦਿਖਾ ਦਿੰਦੇ, ਕਰੋਮ ਕਰੂਮ ਲੱਗੀ ਹੋਈ ਹੈ ਜੀ ਵਿੱਚ, ਉਹਦੀ ਸੀਟਾਂ ਚੈੱਕ ਕਰ ਸਕਦੇ ਹੋ ਮੇਰੇ ਵੀਰ ਭਰਾ, ਮੈਨੂਅਲ ਦੇ ਵਿੱਚ ਤੁਹਾਨੂੰ ਕਾਰ ਮਿਲ ਜੂਗੀ ਜੀ ਇਹ। ਬਾਕੀ ਵਿੱਚੋਂ ਗੱਡੀ ਦੀ ਕੰਡੀਸ਼ਨ ਗੁੱਡ ਆ ਜੀ, ਸਕਰੀਨ ਵਿੱਚ ਲੱਗੀ ਹੋਈ ਆ, ਬਾਕੀ ਵਿੱਚੋਂ ਮੀਟਰ ਦੇਖ ਸਕਦੇ ਹੋ ਜੀ ਜੋ ਚੱਲੀ ਹੈ ਜੀ ਤੁਹਾਡੇ ਸਾਹਮਣੇ ਆ ਜੀ, ਨਿਗਾਹ ਮਾਰ ਸਕਦੇ ਹੋ ਮੇਰੇ ਵੀਰ ਭਰਾ। ਬਾਕੀ ਸਕਰੀਨ ਵਿੱਚ ਆ ਜਾਂਦੀ ਹੈ ਜੀ ਇਹਦੀ ਕੰਡੀਸ਼ਨ ਦੇਖ ਸਕਦੇ ਹੋ ਗੱਡੀ ਦੀ ਵਿੱਚੋਂ ਜੀ। ਇਹਦੀ ਵੀ ਤੁਸੀਂ ਬੈਕ ਲੁੱਕ ਚੈੱਕ ਕਰ ਲਓ ਇੱਕ ਵਾਰੀ ਮੇਰੇ ਵੀਰ ਭਰਾ। ਲਓ ਮੇਰੇ ਵੀਰੇ, ਅੱਗੇ ਆਪਣੇ ਕੋਲ ਆ ਗਈ ਹੈ ਜੀ ਗ੍ਰੈਂਡ ਬਟਾਰਾ, ਗ੍ਰੈਂਡ ਬਟਾਰਾ ਦੀ ਵੀ ਬਹੁਤ ਡਿਮਾਂਡ ਆਉਂਦੀ ਸੀ ਜੀ ਮੇਰੇ ਵੀਰ ਭਰਾਵਾਂ ਦੀ। ਬਾਕੀ ਗ੍ਰੈਂਡ ਬਟਾਰਾ ਸਮਾਰਟ ਹਾਈਬ੍ਰਿਡ ਡੈਲਟਾ ਆ ਗਈ ਹੈ ਜੀ, ਪੈਟਰੋਲ ਹਾਈਬ੍ਰਿਡ 'ਚ, 23 ਮਾਡਲ ਆ ਜੀ, 13,000 ਗੱਡੀ ਚੱਲੀ, 13,65 ਇਹਦਾ ਰੇਟ ਲੱਗਾ ਵੀ, ਤੁਹਾਨੂੰ ਵਧੀਆ ਰੇਟ ਦੇ ਦਾਂਗੇ। 70 ਮੈਟ ਸੀਟ ਕਵਰ, ਫਰੰਟ ਏਮਰੈਸਟ, ਬਾਕੀ ਗੱਡੀ ਵਿੱਚੋਂ ਦੇਖ ਸਕਦੇ ਹੋ ਜੀ ਮੈਟ ਵਿੱਚ ਲੱਗੇ ਹੋਏ ਆ ਜੀ, ਸੀਟਾਂ ਦੀ ਕੰਡੀਸ਼ਨ ਬਿਲਕੁਲ ਓਕੇ, ਪੁਸ਼ ਬਟਨ ਸਟਾਰਟ ਗੱਡੀ ਹੈ ਜੀ, ਮੈਨੂਅਲ 'ਚ ਤੁਹਾਨੂੰ ਕਾਰ ਮਿਲ ਜੂਗੀ, ਸਕਰੀਨ ਵਗੈਰਾ ਸਭ ਕੁਝ ਲੱਗੀ ਹੋਈ ਹੈ ਜੀ ਵਿੱਚ। ਬਾਕੀ ਵਿੱਚੋਂ ਗੱਡੀ ਦੀ ਕੰਡੀਸ਼ਨ ਦੇ ਸਕਦੇ ਹੋ ਮੇਰੇ ਵੀਰ ਭਰਾ ਜੀ। ਲਓ ਜੀ ਬਾਕੀ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ, ਟਾਇਰ ਚੈੱਕ ਕਰ ਸਕਦੇ ਹੋ ਮੇਰੇ ਵੀਰ ਭਰਾ ਜੀ। ਬੈਕ ਤੋਂ ਲੁੱਕ ਦਿਖਾ ਦਿੰਦਾ ਤੁਹਾਨੂੰ ਜੀ, ਨੰਬਰ ਤੁਹਾਡੇ ਸਾਹਮਣੇ ਲੱਗਾ ਜੀ, PB28J1405, ਗ੍ਰੈਂਡ ਬਟਾਰਾ ਸਮਾਰਟ ਹਾਈਬ੍ਰਿਡ 'ਚ ਆਪਣੇ ਕੋਲ ਖੜੀ ਹੈ ਜੀ। ਲਓ ਜੀ ਅੱਗੇ ਵੀ ਆਪਣੇ ਕੋਲ ਫਿਰ ਆ ਗਈ ਆ ਗ੍ਰੈਂਡ ਬਟਾਰਾ ਜੀ, ਇਹ ਵੀ ਤੁਹਾਨੂੰ ਦੱਸ ਦਿੰਦੇ ਕਿਹੜਾ ਮਾਡਲ ਆ ਜੀ। ਬਾਕੀ ਗੱਡੀ ਦੀ ਲੁੱਕ ਦੇਖ ਸਕਦੇ ਹੋ ਜੀ, ਲੁੱਕ ਚੈੱਕ ਕਰ ਸਕਦੇ ਹੋ ਮੇਰੇ ਵੀਰ ਭਰਾ, ਨਿਗਾਹ ਮਾਰ ਲਓ ਜੀ, ਨੰਬਰ ਤੁਹਾਡੇ ਸਾਹਮਣੇ ਲੱਗਾ ਹੋਇਆ ਜੀ ਗੱਡੀ ਨੂੰ। ਸੋ ਇਹ ਆਪਣੇ ਕੋਲ ਆ ਗਈ ਹੈ ਜੀ ਗ੍ਰੈਂਡ ਬਟਾਰਾ ਹਾਈਬ੍ਰਿਡ ਜੇਟਾ, ਪੈਟਰੋਲ ਹਾਈਬ੍ਰਿਡ 'ਚ 22 ਮਾਡਲ ਆ ਜੀ, 11,514 ਕਿਲੋਮੀਟਰ ਗੱਡੀ ਚੱਲੀ ਹੈ ਜੀ, 14,00,000 ਦਾ ਰੇਟ ਹੈ ਵੀ, ਤੁਹਾਨੂੰ ਵਧੀਆ ਰੇਟ 'ਚ ਦੇਵਾਂਗੇ। ਡੋਰ ਵਾਈਜ਼ਰ ਕਰੋਮ, ਫਰੰਟ ਏਮਰੈਸਟ ਲੱਗੇ ਹੋਏ ਆ ਜੀ, ਕੰਡੀਸ਼ਨ ਵਿੱਚੋਂ ਦੇਖ ਲਓ ਜੀ, ਚੈੱਕ ਕਰ ਸਕਦੇ ਹੋ, ਪੁਸ਼ ਬਟਨ ਸਟਾਰਟ ਗੱਡੀ ਆ ਜਾਂਦੀ, ਸਕਰੀਨ ਲੱਗੀ ਹੈ ਜੀ, ਮੈਨੂਅਲ 'ਚ ਕਾਰ ਆ। ਬਾਕੀ ਮੇਰੇ ਵੀਰ ਭਰਾ ਨਿਗਾਹ ਮਾਰ ਸਕਦੇ ਹੋ ਜੀ, ਬਿਲਕੁਲ ਨਵੀਂ ਨਾਲ ਦੀ ਕੰਡੀਸ਼ਨ ਆ ਜੀ ਗੱਡੀ ਦੀ, ਚੱਲੀ ਵੀ ਕੁਛ ਨਹੀਂ ਹੋਈ, ਬਾਕੀ ਦੇਖ ਸਕਦੇ ਹੋ ਜੀ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ,
ਟਾਇਰ ਚੈੱਕ ਕਰ ਸਕਦੇ ਹੋ ਮੇਰੇ ਵੀਰ ਭਰਾ ਜੀ। ਬਾਕੀ ਬੈਕ ਲੁੱਕ ਦੇਖ ਸਕਦੇ ਹੋ ਗੱਡੀ ਜੀ, ਨੰਬਰ ਤੁਹਾਨੂੰ ਪਤਾ ਹੀ ਹੈ ਕਿਹੜਾ ਲੱਗਾ ਹੋਇਆ ਜੀ। ਲਓ ਜੀ ਅੱਗੇ ਆਪਣੇ ਕੋਲ ਆ ਗਈ ਹੈ ਜੀ ਓਡੀ। ਓਡੀ ਦੀ ਵੀ ਡਿਮਾਂਡ ਆਉਂਦੀ ਸੀ ਕਮੈਂਟਾਂ ਦੇ ਵਿੱਚ, ਆਪਾਂ ਨੂੰ ਓਡੀ ਗੱਡੀ ਦਿਖਾਓ। ਬਾਕੀ ਨੰਬਰ ਦੇਖ ਸਕਦੇ ਹੋ ਜੀ ਲੱਗਾ ਤੁਹਾਡੇ ਸਾਹਮਣੇ, CH01CF3400। ਬਾਕੀ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਜੀ। ਬਾਕੀ ਇਹ ਸਨਰੂਫ 'ਚ ਆ ਗਈ ਹੈ ਜੀ। ਮਾਡਲ ਆਪਣੇ ਕੋਲ ਇਸ ਟਾਈਮ ਲੱਗਾ ਜੀ 12 ਮਾਡਲ ਹੈ ਜੀ। ਡੀਜ਼ਲ ਕਾਰ ਆ ਜੀ, 81,000 ਚੱਲੀ ਹੋਈ ਹੈ ਜੀ 525 ਦੀ। ਇਹ ਵੀ ਤੁਹਾਨੂੰ ਵਧੀਆ ਰੇਟ 'ਚ ਦੇ ਦਾਂਗੇ। ਬਾਕੀ ਇਹ ਵੀ ਤੁਹਾਨੂੰ ਆਟੋਮੈਟਿਕ 'ਚ ਕਾਰ ਮਿਲ ਜੂਗੀ ਜੀ। ਕੰਡੀਸ਼ਨ ਦੇਖ ਸਕਦੇ ਹੋ, ਨਿਗਾਹ ਮਾਰ ਸਕਦੇ ਹੋ ਮੇਰੇ ਵੀਰ ਭਰਾ ਜੀ। ਕੰਡੀਸ਼ਨ ਬਿਲਕੁਲ ਓਕੇ ਹੈ ਜੀ ਗੱਡੀ ਦੀ, ਸਨਰੂਫ ਆ ਜਾਂਦਾ ਜੀ ਇਹਦੇ ਵਿੱਚ। ਬਾਕੀ ਟਾਇਰ ਟੂਰ ਦੇਖ ਸਕਦੇ ਹੋ ਜੀ, ਬੈਕ ਤੋਂ ਦੇਖ ਸਕਦੇ ਹੋ ਲੁੱਕ ਗੱਡੀ ਦੀ। ਸੋ ਇਹੀ ਇਸ ਟਾਈਮ ਆਪਣੇ ਕੋਲ ਕਾਰਾਂ ਖੜੀਆਂ ਹੋਈਆਂ ਜੀ। ਸੋ ਪਹੁੰਚੋ ਭੰਡਾਰੀ ਕਾਰ ਬਜ਼ਾਰ ਭੋਪਰ ਜੀ, ਇੱਦਾਂ ਹੀ ਤੁਹਾਨੂੰ ਨਵੀਆਂ ਨਵੀਆਂ ਵੀਡੀਓ ਨਾਲ ਮਿਲਦੇ ਰਹਾਂਗੇ ਜੀ। ਅਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਵੀਡੀਓ ਨੂੰ ਕਰ ਦਿਓ ਲਾਈਕ ਜੀ। ਸੋ ਮਿਲਾਂਗੇ ਅਗਲੀ ਵੀਡੀਓ ਨਾਲ, ਤਦ ਤੱਕ ਲਈ ਚੰਗਾ ਜੀ, ਇਜਾਜ਼ਤ ਦੇ ਦਿਓ ਹੁਣ ਮੈਨੂੰ। ਸਤਿ ਸ਼੍ਰੀ ਅਕਾਲ ਜੀ।